ਬਹੁਤ ਹੀ ਸੋਹਣੇ ਸੀਨ ਸੀਗੇ, ਸਮਝ ਨਹੀਂ ਸੀ ਆਉਂਦੀ ਵੀ ਕੀ ਰਿਕਾਰਡ ਕਰੀਏ ਕੀ ਨਹੀਂ। ਇਹ ਜੈਸਪਰ ਹੈ ਐਲਬਰਟਾ 'ਚ, ਹਰ ਜਗ੍ਹਾ ਜਦੋਂ ਤੁਸੀਂ ਜਾਂਦੇ ਹੋ ਜੈਸਪਰ ਵੱਲ, ਰਸਤਾ ਪੂਰਾ ਇਹੋ ਜਿਹੇ ਸੀਨ ਨਾਲ ਭਰਿਆ ਹੋਇਆ, ਤੁਹਾਨੂੰ ਸਮਝ ਨਹੀਂ ਆਉਣੀ ਵੀ ਕਿੱਥੇ ਤੁਸੀਂ ਰੁਕੋ ਔਰ ਕਿੱਥੇ ਤੁਸੀਂ ਜਾਓਗੇ। ਹਰ ਇੱਕ ਜਗ੍ਹਾ ਸੀਨਿਕ ਹੈ। ਇਹ ਜਿਹੜੀ ਲੇਕ ਤੁਸੀਂ ਦੇਖ ਰਹੇ ਹੋ, ਇਹਦੇ ਬਾਰੇ ਅਸੀਂ ਸੁਣਿਆ ਨਹੀਂ ਸੀ, ਇਹ ਸਾਨੂੰ ਰਸਤੇ 'ਚ ਮਿਲੀ। ਇੰਨੀ ਸੋਹਣੀ ਲੇਕ ਹੈ ਪੁੱਛੋ। ਅਤੇ ਇਹ ਜਿਹੜਾ ਹੈਗਾ ਇਹ ਗਲੇਸ਼ੀਅਰ ਆਈਸ ਫੀਲਡ ਕਹਿੰਦੇ ਨੇ ਇਹਨੂੰ। ਇੱਥੇ ਲੋਕਾਂ ਨੂੰ ਟੂਰ 'ਤੇ ਲੈ ਕੇ ਜਾਂਦੇ ਨੇ, ਛੋਟਾ ਜਿਹਾ ਟ੍ਰਿਪ ਹੈ, ਬੱਸਾਂ 'ਚ ਲੈ ਕੇ ਜਾਂਦੇ ਨੇ ਗਲੇਸ਼ੀਅਰ ਦਿਖਾਉਣ ਲਈ। ਉਹ ਬੱਸਾਂ ਤੁਸੀਂ ਜਿਹੜੀਆਂ ਦੇਖ ਰਹੇ ਹੋ ਬਲੂ ਵਾਲੀਆਂ, ਇਹ ਗਲੇਸ਼ੀਅਰ ਤੱਕ ਲੈ ਕੇ ਜਾਂਦੀਆਂ ਨੇ। ਅਤੇ ਫਿਰ ਗਲੇਸ਼ੀਅਰ ਜਦੋਂ ਤੁਸੀਂ ਪਹੁੰਚਦੇ ਹੋ, ਅੱਗੋਂ ਇੱਕ ਹੋਰ ਵੱਡੀ ਬੱਸ ਹੈ, ਅੱਗੇ ਤੁਹਾਨੂੰ ਦਿਖਾਉਂਗੀ ਮੈਂ, ਉਹ ਬੱਸ 'ਚ ਬਿਠਾ ਕੇ ਪ੍ਰੋਪਰ ਬਰਫ਼ 'ਚ ਲੈ ਕੇ ਜਾਂਦੇ ਨੇ, ਕਿਉਂਕਿ ਉਹ ਵੱਡੇ ਵੱਡੇ ਟਾਇਰਾਂ ਵਾਲੀਆਂ ਨੇ, ਉਹੀ ਚੜ੍ਹ ਸਕਦੀਆਂ ਨੇ ਪਹਾੜ ਮਿੱਟੀ ਵਾਲੇ ਅਤੇ ਫਿਸਲਣ ਵਾਲੀ ਸਨੋਅ ਦੇ ਵਿੱਚ। ਇਟ ਵਾਜ਼ ਔਸਮ। ਇੱਥੇ ਅਸੀਂ ਬੱਸ 'ਚ ਬੈਠੇ ਹਾਂ, ਬੱਸ ਚੱਲ ਪਈ, ਹੁਣ ਅਸੀਂ ਗਲੇਸ਼ੀਅਰ ਵੱਲ ਜਾ ਰਹੇ ਹਾਂ। ਉਹ ਸਾਹਮਣੇ ਗਲੇਸ਼ੀਅਰ ਦਿਖ ਰਿਹਾ, ਉੱਥੇ ਅਸੀਂ ਜਾਣਾ। 5 ਕੁ ਮਿੰਟ ਦੀ ਡਰਾਈਵ ਹੈ, ਇਹ ਬੱਸ ਹੈ। ਸਾਰੇ ਲੋਕ ਇੱਥੇ ਟਿਕਟਸ ਲੈ ਕੇ ਬੈਠੇ ਹੋਏ ਨੇ। $35 ਦੀ ਟਿਕਟ ਹੈ ਇੱਥੇ ਇੱਕ ਜਣੇ ਦੀ, ਅਤੇ ਇਸ ਤੋਂ ਬਾਅਦ ਇਹ ਸਫ਼ਰ ਹੈ ਗਲੇਸ਼ੀਅਰ ਤੱਕ ਦਾ। ਅਤੇ ਇੱਥੇ ਅਸੀਂ ਪਹੁੰਚ ਗਏ, ਇਹ ਵਾਲੀਆਂ ਬੱਸਾਂ ਨੇ ਜਿਹੜੀਆਂ ਉੱਪਰ ਗਲੇਸ਼ੀਅਰ ਤੱਕ ਲੈ ਕੇ ਜਾਣਗੀਆਂ। ਥੋੜ੍ਹਾ ਜਿਹਾ ਪਿੱਛੇ ਬਲੂ ਬੱਸ ਰੁਕ ਜਾਂਦੀ ਹੈ, ਉਦੋਂ ਅੱਗੇ ਆਹ ਬੱਸ ਲੈ ਕੇ ਜਾਏਗੀ। ਇੱਥੇ ਵੇਖੋ, ਇਹ ਸਾਨੂੰ, ਅਸੀਂ ਪਹੁੰਚ ਗਏ ਗਲੇਸ਼ੀਅਰ ਵਿੱਚ ਪ੍ਰੋਪਰ, ਬੱਸਾਂ 'ਚ ਉਤਰ ਰਹੇ ਹਾਂ। ਬਹੁਤ ਫਿਸਲਣ ਸੀ, ਬਹੁਤ ਤੇਜ਼ ਹਵਾ ਚੱਲ ਰਹੀ ਸੀ, ਇੱਥੇ ਠੰਡ ਬਹੁਤ ਜ਼ਿਆਦਾ ਹੋ ਗਈ ਸੀ ਇੱਕੋਦਮ। ਓਬਵੀਅਸਲੀ ਇਹ ਗਲੇਸ਼ੀਅਰ ਹੈ, ਠੰਡ ਤਾਂ ਹੋਊਗੀ, ਪਰ ਫਰੈਸ਼ ਪਾਣੀ ਦੇ ਇੰਨੇ ਸੋਰਸ ਸੀ ਇੱਥੇ, ਛੋਟੇ ਛੋਟੇ ਜਿਹੇ ਜਿੱਥੇ ਨਦੀਆਂ ਬਣੀਆਂ ਹੋਈਆਂ ਸੀ, ਕਿਉਂਕਿ ਪਾਣੀ ਪਿਘਲ ਰਿਹਾ ਸੀ ਨਾ ਗਲੇਸ਼ੀਅਰ ਦਾ। ਬਹੁਤ ਵਧੀਆ ਲੱਗਿਆ ਇੱਥੇ ਜਾ ਕੇ। ਜਿਹੜਾ ਗਲੇਸ਼ੀਅਰ ਜੰਮਿਆ ਹੋਇਆ ਸੀ, ਜਿਹੜੀ ਉਹਦੀ ਪਰਤ ਸੀ, ਉਹਦੇ 'ਚੋਂ ਅਲੱਗ ਅਲੱਗ ਤਰ੍ਹਾਂ ਦੇ ਕਲਰ ਦਿਖ ਰਹੇ ਸੀ, ਮੋਸਟਲੀ ਬਲੂ ਜੰਮਿਆ ਹੋਇਆ। ਉਹ 'ਚੋਂ ਪਾਣੀ ਦਾ ਰੰਗ, ਐਕਚੁਅਲੀ ਵੈਸੇ ਤਾਂ ਪਾਣੀ ਦਾ ਰੰਗ ਬਲੂ ਦੇਖਦੇ ਹਾਂ, ਪਰ ਉਹ ਮੋਸਟਲੀ ਕਹਿੰਦੇ ਨੇ ਰਿਫਲੈਕਸ਼ਨ ਹੈ ਸਕਾਈ ਦਾ। ਪਰ ਇੱਥੇ ਇਹ ਦੱਸ ਰਿਹਾ ਸੀ ਗਾਈਡ ਸਾਨੂੰ ਕਿ ਕੁਝ ਕੈਮੀਕਲਸ ਨੇ ਇੱਥੇ, ਜਿਹਦੀ ਵਜ੍ਹਾ ਨਾਲ ਇੱਥੇ ਤਾਂ ਬਲੂ ਦਿਖ ਰਿਹਾ ਹੋਣਾ ਤੁਹਾਨੂੰ, ਥੋੜ੍ਹਾ ਥੋੜ੍ਹਾ ਇੱਧਰ ਇੱਕ ਵਾਈਟ ਹੈ, ਪਰਲੇ ਪਾਸੇ ਫਿਰ ਬਲੂ ਹੈ, ਇਹ ਕਲਰ ਉਹਦੀ ਵਜ੍ਹਾ ਨਾਲ ਹੈ ਕੈਮੀਕਲਸ ਦੇ ਕਰਕੇ। ਇੰਨਾ ਜ਼ਿਆਦਾ ਫੈਲਿਆ ਹੋਇਆ ਇਹਨੂੰ ਦੇਖ ਕੇ ਐਂ ਲੱਗ ਰਿਹਾ ਸੀਗਾ ਵੀ ਪਤਾ ਨਹੀਂ ਜਿਵੇਂ ਇਹਦਾ ਐਂਡ ਹੀ ਨਹੀਂ ਹੈ ਕਿਤੇ। ਪਰ ਦੁੱਖ ਵਾਲੀ ਗੱਲ ਵੀ ਹੈ ਕਿ ਗਲੇਸ਼ੀਅਰ ਹੁਣ ਘੱਟ ਰਹੇ ਨੇ, ਥੋੜ੍ਹੇ ਥੋੜ੍ਹੇ ਪਿੱਛੇ ਜਾ ਰਹੇ ਨੇ ਬਹੁਤ ਜ਼ਿਆਦਾ। ਅੱਜ ਤੋਂ 200-300 ਸਾਲ ਪਹਿਲਾਂ ਇਹ ਗਲੇਸ਼ੀਅਰ ਉੱਥੇ ਤੱਕ ਸੀ ਜਿੱਥੋਂ ਅਸੀਂ ਬਲੂ ਬੱਸ ਲਈ ਹੈ, ਹੁਣ ਹੌਲੀ ਹੌਲੀ ਇਹ ਪਿੱਛੇ ਘੱਟਦਾ ਜਾ ਰਿਹਾ। ਇਸੇ ਕਰਕੇ ਜਿਹੜੇ ਫਰੈਸ਼ ਵਾਟਰ ਸੋਰਸ ਵੀ ਘੱਟ ਰਹੇ ਨੇ ਗਲੋਬਲ ਵਾਰਮਿੰਗ ਕਰਕੇ, ਅਤੇ ਸੀ ਲੈਵਲ ਵੱਧ ਰਿਹਾ। ਇਹ ਸਾਰਾ ਪਾਣੀ ਨਦੀਆਂ ਬਣ ਕੇ ਜਿਹੜਾ ਹੈ ਸਿਵਲਾਈਜੇਸ਼ਨ 'ਚ ਜਾਂਦਾ। ਬਹੁਤ ਵਧੀਆ ਫੀਲਿੰਗ ਸੀ ਇੱਥੇ, ਸਾਨੂੰ ਲੱਗ ਰਿਹਾ ਸੀ ਕਿ ਇੱਥੋਂ ਸ਼ੁਰੂਆਤ ਹੁੰਦੀ ਹੈ ਨਦੀਆਂ ਦੀ, ਰਿਵਰਸ ਦੀ, ਜਿਹੜੀਆਂ ਜਾ ਕੇ ਸਮੁੰਦਰ 'ਚ ਮਿਲਦੀਆਂ ਨੇ। ਬਹੁਤ ਜ਼ਿਆਦਾ ਅਬੰਡੈਂਸ ਦਾ ਅਹਿਸਾਸ ਹੋ ਰਿਹਾ ਸੀ ਇੱਥੇ ਸਾਨੂੰ।
ਇੱਥੇ ਸਾਨੂੰ ਫੋਟੋਆਂ ਖਿਚਾਉਣ ਦਾ ਚਾਅ ਚੜਿਆ ਸੀ। ਠੰਡ ਬਹੁਤ ਜ਼ਿਆਦਾ ਸੀਗੀ, ਠਰ ਰਹੇ ਸੀ ਅਸੀਂ ਅਤੇ ਪੈਰੀ ਦਾ ਹੱਥ ਆਇਆ ਅੱਗੇ। ਇਹ ਜਿਹੜੇ ਨਰਿੰਦਰ ਦੇ ਦੋਸਤ ਸੀ ਉਹਨਾਂ ਦੀ ਫੈਮਿਲੀ ਹੈ ਜਿਹੜੇ ਸਾਨੂੰ ਮਿਲੇ ਸੀ। ਬਹੁਤ ਫਨ ਕੀਤਾ ਅਸੀਂ ਇਕੱਠੇ ਸਾਰਿਆਂ ਨੇ। All right, we're at the top of the moraine. I'll admit that wasn't as exciting as the way down. Normally I'd go straight into the history of the area, but you folks have been so good and you've behaved yourself so well that I think I'm gonna give you all a very special surprise. Are you ready for it? Of course, yeah. All right, who would like to feel the top speed of this bus? Me. That's what I like to hear. Yeah. Hold on tight. This is gonna be crazy. Are you nervous? No. I'm nervous. Let's see. Come on. We're building up speed now. I'm trusting you with my life. Approaching terminal velocity. Here it comes. Get ready for it. There it is. 18 kilometers an hour. How does it feel, everybody? Woo! Holy smokes. Jeepers creepers, that was fast. Is everyone doing all right back there? ਅਤੇ ਆਹ ਜਿਹੜੀ ਨਦੀ ਆ ਰਹੀ ਹੈ ਉਹ ਪ੍ਰੋਗਲੇਸ਼ੀਅਰ 'ਚੋਂ ਪਿਘਲ ਕੇ ਬਹੁਤ ਤੇਜ਼ ਵਹਾਅ ਸੀ ਅਤੇ ਇਹਦੀ ਆਵਾਜ਼ ਬਹੁਤ ਉੱਚੀ ਸੀ। ਅਤੇ ਇਸ ਤੋਂ ਬਾਅਦ ਅਸੀਂ ਪਹੁੰਚੇ ਸਕਾਈ ਵਾਕ ਕਰਨ। ਸਕਾਈ ਵਾਕ ਇਹ ਗਲੇਸ਼ੀਅਰ ਤੋਂ ਥੋੜ੍ਹੀ ਜਿਹੀ ਦੂਰ ਹੀ ਹੈ। ਸਕਾਈ ਵਾਕ ਇਹਨੂੰ ਤਾਂ ਕਹਿੰਦੇ ਨੇ ਕਿਉਂਕਿ ਇੱਥੇ ਬਹੁਤ ਵੱਡੀ ਖਾਈ ਜਿਹੜੀ ਬਣੀ ਹੋਈ ਆ। ਜਿਹੜੇ ਪਹਾੜ ਤੁਸੀਂ ਦੇਖ ਰਹੇ ਹੋ ਉਹਦੇ ਉੱਪਰ ਗਲਾਸ ਦਾ ਫਲੋਰ ਬਣਿਆ ਹੋਇਆ ਜਿਹਦੇ ਉੱਪਰ ਲੋਕ ਚੱਲਦੇ ਨੇ। ਅਤੇ ਕਹਿੰਦੇ ਨੇ ਕਮਜ਼ੋਰ ਦਿਲ ਵਾਲੇ ਜਿਹੜੇ ਥੱਲੇ ਉਹਨਾਂ ਨੂੰ ਦੇਖਣਾ ਨਹੀਂ ਚਾਹੀਦਾ ਕਿਉਂਕਿ ਸ਼ੀਸ਼ੇ 'ਚ ਐਂ ਲੱਗਦਾ ਕਿ ਤੁਸੀਂ ਹਵਾ 'ਚ ਹੀ ਖੜ੍ਹੇ ਹੋ। ਬਹੁਤ ਲੋਕ ਡਰ ਜਾਂਦੇ ਨੇ ਪਰ ਵਿਊ ਬਹੁਤ ਵਧੀਆ ਦੇਖਣ ਵਾਲਾ। ਇਹ ਵੀ ਇੱਕ ਲਾਈਫ ਟਾਈਮ ਐਕਸਪੀਰੀਅੰਸ ਵਧੀਆ ਲੱਗਿਆ। ਸਭ ਤੋਂ ਬੜਾ ਡਰ ਹੁੰਦਾ ਹੈ ਸਾਡੇ ਦਿਮਾਗ ਦਾ।
ਅਤੇ ਇਹ ਉਹ ਬੋ ਲੇਕ ਜਿਹੜੀ ਅਸੀਂ ਜਾਂਦੇ ਹੋਏ ਦੇਖੀ ਸੀ। ਸਾਨੂੰ ਇੰਨੀ ਜ਼ਿਆਦਾ ਪਸੰਦ ਆਈ ਕਿ ਵਾਪਸੀ ਤਾਂ ਸਾਡੇ ਤੋਂ ਰਿਹਾ ਨਹੀਂ ਗਿਆ, ਅਸੀਂ ਉਹਨੂੰ ਦੇਖਣ ਗਏ ਨੇੜੇ ਜਾ ਕੇ। ਔਰ ਸੱਚੀ ਮੁੱਚੀ ਇਹੋ ਜਿਹਾ ਵਿਊ ਸੀ ਨਾ, ਮਤਲਬ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ। ਐਂ ਸਮਝ ਲਓ ਜੇ ਲੇਕ ਲੂਈਜ਼ ਤੁਸੀਂ ਦੇਖੀ ਹੈ ਉਹਦੇ ਵਾਂਗੂ ਹੀ ਹੈ, ਬਲਕਿ ਮੈਂ ਕਹੂੰਗੀ ਜ਼ਿਆਦਾ ਸੋਹਣੀ ਲੱਗੀ, ਕਿਉਂਕਿ ਕੋਈ ਭੀੜ ਨਹੀਂ ਸੀ ਇੱਥੇ, ਕੋਈ ਡਿਸਟਰਬੈਂਸ ਨਹੀਂ ਸੀ, ਖੁੱਲ੍ਹਾ ਔਰ ਸਾਫ਼ ਪਾਣੀ, ਔਰ ਇੰਨਾ ਸੋਹਣਾ ਇਹਦਾ ਕਲਰ, ਪੁੱਛੋ ਨਾ। ਅਤੇ ਵਾਪਸੀ 'ਤੇ ਜਾਂਦੇ ਹੋਏ ਫਿਰ ਦੁਬਾਰਾ ਅਸੀਂ ਉਸ ਜਗ੍ਹਾ 'ਤੇ ਰੁਕੇ ਜਿੱਥੇ ਅਸੀਂ ਆਈਸ ਫੀਲਡ ਦੇਖਿਆ ਸੀ, ਗਲੇਸ਼ੀਅਰ। ਥੋੜ੍ਹੀ ਦੇਰ ਲਈ ਰੁਕੇ ਸੀ ਥੋੜ੍ਹਾ ਫਰੈਸ਼ ਹੋਣ ਲਈ। ਅੱਜ ਦਾ ਵਿਊ ਤਾਂ ਹੋਰ ਵੀ ਡਿਫਰੈਂਟ ਸੀ, ਕਿਉਂਕਿ ਅਜੇ ਬੱਦਲਵਾਈ ਸੀ, ਉੱਤੇ ਕਾਲੇ ਬੱਦਲ ਅਤੇ ਥੱਲੇ ਸਫੇਦ ਗਲੇਸ਼ੀਅਰ, ਔਸਮ। ਅਤੇ ਦਿਖ ਵੀ ਪ੍ਰੋਪਰਲੀ ਰਿਹਾ ਸੀ, ਕਿਉਂਕਿ ਕੱਲ੍ਹ ਅਸੀਂ ਦੇਖਿਆ ਹੀ ਨਹੀਂ ਪ੍ਰੋਪਰਲੀ ਨੂੰ ਇਸ ਤਰੀਕੇ ਨਾਲ। ਐਥਾਬਾਸਕਾ ਗਲੇਸ਼ੀਅਰ ਇਹਦਾ ਨਾਮ, ਅਤੇ ਇਹ ਅਸੀਂ ਰਸਤੇ 'ਚੋਂ ਦੇਖਿਆ ਸੀ ਦੂਰੋਂ, ਬਹੁਤ ਹੀ ਵਿਸ਼ਾਲ ਕਾਏ ਜਿਹਨੂੰ ਕਹਿੰਦੇ ਨੇ। ਅਤੇ ਉਹ ਸਕਾਈ ਵਾਕ ਜਿਹੜੀ ਸੀ ਕੱਲ੍ਹ ਦੇਖੀ ਸੀ ਵਾਪਸ ਜਾਂਦੇ ਹੋਏ ਰਸਤੇ 'ਚ, ਫਿਰ ਦੇਖਿਆ ਸੀ ਦੂਰੋਂ। ਅਫਕੋਰਸ ਉੱਥੇ ਗਏ ਨਹੀਂ, ਅਸੀਂ ਤਾਂ ਬਸ ਇਹ ਗਲੇਸ਼ੀਅਰ ਨੂੰ ਦੇਖੀ ਜਾ ਰਹੇ ਸੀ ਦੂਰੋਂ, ਕਿਉਂਕਿ ਕੱਲ੍ਹ ਅਸੀਂ ਇੱਧੋਂ ਉਲਟੇ ਪਾਸੇ ਗਏ ਸੀ ਜੈਸਪਰ ਨੂੰ, ਹੁਣ ਅਸੀਂ ਵਾਪਸ ਆ ਰਹੇ ਸੀ ਅਤੇ ਉਹਨਾਂ ਤੋਂ ਟੋਟਲੀ ਡਿਫਰੈਂਟ ਵਿਊ ਸਾਨੂੰ ਦਿਖਿਆ ਰਸਤੇ 'ਚ। ਔਰ ਸਾਰੇ ਰਸਤੇ ਵੀ ਵਰ ਮੈਸਮਰਾਈਜ਼ਡ, ਸਾਨੂੰ ਸਮਝ ਨਹੀਂ ਸੀ ਆ ਰਿਹਾ ਵੀ ਕਿੱਧਰ ਦੇਖੀਏ ਅਤੇ ਕਿੱਧਰ ਨਹੀਂ। ਬਹੁਤ ਸੋਹਣੇ ਵਿਊ ਨੇ। ਅਤੇ ਨੋਰਮਲ ਟੂਰਿਸਟ ਦਾ ਫਰਜ਼ ਨਿਭਾਉਂਦੇ ਹੋਏ ਰੁਕਣਾ ਹੀ ਸੀ ਅਸੀਂ, ਜਿੱਥੇ ਵਧੀਆ ਵਿਊ ਸੀ ਰੁਕੋ, ਫੋਟੋਆਂ ਖਿਚਾਓ। ਪਰ ਵਿਊ ਹੈ ਹੀ ਇਹੋ ਜਿਹੀ ਸੀ, ਕਰੀਏ ਵੀ ਕੀ, ਰੁਕਣਾ ਹੀ ਪਿਆ ਸਾਨੂੰ। ਬਹੁਤ ਕੋਸ਼ਿਸ਼ ਕੀਤੀ ਲੰਘ ਜਾਈਏ ਲੰਘ ਜਾਈਏ, ਪਰ ਇੱਥੇ ਸਾਨੂੰ ਫਿਰ ਰੁਕਣਾ ਪਿਆ।
ਤੇ ਲੰਬੇ ਸਫ਼ਰ ਤੋਂ ਬਾਅਦ ਹੁਣ ਅਸੀਂ ਪਹੁੰਚ ਗਏ ਸੀ ਜੈਸਪਰ। ਜੈਸਪਰ ਟਾਊਨ ਹੈ ਇੱਕ, ਵੈਸੇ ਨੈਸ਼ਨਲ ਪਾਰਕ ਦਾ ਬਹੁਤ ਫੇਮਸ ਹੈ। ਉੱਥੇ ਛੋਟੀ ਜਿਹੀ ਫਾਰਮਰਸ ਮਾਰਕੀਟ ਲੱਗੀ ਹੋਈ ਸੀ, ਮੀਂਹ ਪੈ ਰਿਹਾ ਸੀ, ਬਹੁਤ ਹੀ ਸੋਹਣੀ ਵਾਈਬ ਸੀ ਇੱਥੇ। ਇਹ ਛੋਟੇ ਛੋਟੇ ਜਿਹੇ ਚੀਜ਼ਾਂ ਜਿਹੜੇ ਲੋਕ ਵੇਚਦੇ ਨੇ, ਇਹ ਜਿਹੜੀ ਲੇਡੀ ਸੀ ਇਹ ਕੀ ਕਹਿੰਦੇ ਹੁੰਦੇ ਆ ਉੱਨ ਬਣਾ ਰਹੀ ਸੀ, ਕੱਤ ਰਹੀ ਸੀ, ਜਿਵੇਂ ਆਪਣੇ ਚਰਖਾ ਕੱਤਦੇ ਹੁੰਦੇ ਨੇ, ਇਹਨਾਂ ਦਾ ਚਰਖਾ ਹੈ। ਇਹਨੇ ਸਾਨੂੰ ਦਿਖਾਇਆ ਕਿ ਆਹ ਜਿਹੜਾ ਹੈਗਾ ਕੋਟਨ ਤੋਂ ਜਾਂ ਵੂਲ ਸਟੱਫ ਜੋ ਵੀ ਹੈ, ਇਹਦੇ ਤੋਂ ਇਹ ਉੱਨ ਬਣਾਉਂਦੀ ਹੈ ਬੁਣਨ ਵਾਲੀ। ਆਹ ਸਾਰਿਆਂ ਨੇ ਆਪਣੇ ਹੱਥਾਂ ਨਾਲ ਬਣਾਇਆ ਹੋਇਆ। ਇਹਨੇ ਸਾਨੂੰ ਫਿਰ ਕੱਤ ਕੇ ਵੀ ਦਿਖਾਇਆ ਆਪਣਾ ਚਰਖਾ, ਬਹੁਤ ਸੋਹਣੇ ਤਰੀਕੇ ਨਾਲ। ਕਿੰਨਾ ਡਿਫਰੈਂਟ ਹੈ ਇਹ ਜਿਹੜੇ ਅਸੀਂ ਚਰਖੇ ਦੇਖਦੇ ਹੁੰਦੇ ਹਾਂ ਉਹਦੇ ਨਾਲ। ਹਰੇਕ ਦੇਸ਼ ਹਰੇਕ ਥਾਂ ਦਾ ਅਲੱਗ ਤਰੀਕਾ ਹੁੰਦਾ ਨਾ, ਅਲੱਗ ਕਲਚਰ। ਆਹ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ। ਇਹ ਕਹਿੰਦੀ ਮੈਨੂੰ ਬਹੁਤ ਸ਼ੌਕ ਹੈ, ਮੈਨੂੰ ਬੜਾ ਆਰਾਮ ਮਿਲਦਾ ਇਹੋ ਜਿਹੇ ਕੰਮ ਕਰਕੇ, ਬਹੁਤ ਸੂਦਿੰਗ ਲੱਗਦਾ, ਬੜਾ ਰਿਲੈਕਸਿੰਗ ਲੱਗਦਾ। ਇੱਥੇ ਨਰਿੰਦਰ ਦਾ ਮਨ ਸੀ ਵੀ ਭਾਈ ਮੈਂ ਅੰਦਰ ਜਾਓ, ਮੇਰੀਆਂ ਫੋਟੋਆਂ ਖਿੱਚੋ, ਵੀਡੀਓ ਬਣਾਓ। ਜਗ੍ਹਾ ਬਹੁਤ ਸੋਹਣੀ ਸੀ, ਅਗੈਨ ਵਾਰੀ ਵਾਰੀ ਉਹੀ ਗੱਲਾਂ ਕਹਿ ਰਹੀਆਂ ਮੈਂ, ਪਰ ਸਾਡੇ ਉੱਥੇ ਓਨਟਾਰੀਓ ਦੇ ਵਿੱਚ ਇਸ ਤਰ੍ਹਾਂ ਦੇ ਹੀ ਹੈ, ਲੇਕ ਵਾਲੇ ਬੀਚਸ ਹੈ। ਤੇ ਇੱਥੇ ਇਸ ਤੋਂ ਬਾਅਦ ਮੇਰੀ ਵਾਰੀ ਸੀ ਫੀਲਿੰਗਾਂ ਲੈਣ ਦੀ, ਫੀਲਿੰਗਾਂ ਲੈ ਲੈ ਕੇ ਫੋਟੋਆਂ ਖਿਚਾਉਣ ਦੀ। ਚਲੋ ਬੱਚੋ ਕੋਈ ਡਾਂਸ ਡੂੰਸ ਕਰਕੇ ਦਿਖਾਓ। ਉਹ ਤਾਂ ਫਿਰ ਮੇਰੇ ਦਿਮਾਗ 'ਚ ਹੀ ਆਇਆ ਸੀ ਜੇ ਮੈਂ ਕੈਨੇਡਾ ਚਲਾ ਵੀ ਗਿਆ ਤਾਂ ਮੈਂ ਕੋਈ ਬਿਜ਼ਨਸ ਹੀ ਕਰਾਂਗਾ ਯਾਰ, ਤੁਸੀਂ ਨਾ ਚੇਂਜ ਕਰਾਂਗੇ ਇੱਕ ਜ਼ਿੰਦਗੀ ਹੈ ਸਾਡੀ ਨਾ, ਪਰ ਪਏ ਹੀ ਨਹੀਂ ਹੱਥ ਯਾਰ, ਨਾ ਜੀ ਕਰਦਾ, ਬਸ ਇੱਕ ਔਖਾ ਚਲਾ ਬਈ, ਸ਼ਾਮ ਬਿਜ਼ੀ ਹੋ ਜੂ, ਮੈਂ ਸ਼ਾਮ ਬਿਜ਼ੀ ਨਹੀਂ ਕਰਨਾ ਚਾਹੁੰਦਾ, ਕਿ ਮੈਂ ਸਾਰੀ ਉਮਰ ਜੋਬ ਇਹੀ ਜਿਹੀ ਕਰੀਏ, ਸ਼ਾਮ ਬਿਜ਼ੀ ਨਹੀਂ। ਓਹ ਤਾਂ ਕਿ 4 ਵਜੇ ਤੋਂ ਬਾਅਦ ਸੋਣਾ ਘੰਟਾ ਕਰਾਂ, ਮਤਲਬ ਕਿ ਉਹ ਇੱਕ ਲਾਈਫ ਸਟਾਈਲ ਜਿਹਾ ਬਣ ਗਿਆ ਬਸ, ਅਤੇ ਸ਼ੌਕ ਨਹੀਂ ਪਾਲਿਆ ਨਾ ਵੱਡੀ ਗੱਡੀ ਰੱਖਣੀ ਨੇ, ਜੇ ਇਹ ਸ਼ੌਕ ਹੁੰਦਾ ਵੀ ਵੱਡੀ ਗੱਡੀ ਰੱਖਣੀ ਮਰਜ਼ੀ ਨਹੀਂ, ਫਿਰ ਸ਼ਾਇਦ ਬਿਜ਼ਨਸ ਵੀ ਧਿਆਨ ਜਾਂਦਾ। ਸਾਰਾ ਹੋ ਗਿਆ
ਇੱਥੇ ਸਾਨੂੰ ਭੁੱਖ ਲੱਗ ਗਈ, ਰੁਕ ਗਏ ਫਿਰ ਰਸਤੇ 'ਚ ਰਿਫਰੈਸ਼ਮੈਂਟ ਲੈਣ ਲਈ। ਅਤੇ ਇਹ ਜੈਸਪਰ ਟਾਊਨ, ਜਸਟ ਵਾਕਿੰਗ ਅਰਾਊਂਡ। ਕੌਫੀ ਚਾਹ ਲੈਣ ਤੋਂ ਬਾਅਦ ਤੁਰ ਪਏ ਅਸੀਂ ਤੇ ਪਹੁੰਚ ਕੇ ਕੈਲਗਰੀ, ਤੇ ਕੈਲਗਰੀ ਦਾ ਗੁਰਦੁਆਰਾ ਸਾਹਿਬ ਅਸੀਂ ਦਰਸ਼ਨ ਕਰਨ ਗਏ ਸੀ। ਬਹੁਤ ਸੋਹਣਾ ਬਣਿਆ ਹੋਇਆ। ਕੈਲਗਰੀ ਗੁਰਦੁਆਰਾ ਕੀ ਕਹਿ ਰਹੇ ਹੋ? ਇਹ ਕੈਲਗਰੀ ਗੁਰਦੁਆਰਾ ਹੈ। ਇੱਥੇ ਕੈਮਰਾ ਕਮਾਈ ਕਿਰਪਾ ਕਰਕੇ ਸਾਡੀ ਗੱਡੀ ਖੜੀ ਹੈ, ਗ੍ਰੇ ਗੱਡੀ ਸਾਡੀ ਕੀ ਹੈ ਦਿਖਾਇਆ ਬਾਬਾ, ਵਿਆਹ ਵਾਲੀ ਗੱਡੀ ਦੇ ਨਾਲ ਹੀ ਖੜੀ ਹੈ ਸਾਡੀ। ਇੱਥੇ ਵਿਆਹ ਦੇ ਬੰਦੇ ਡਰੈਸ ਕੋਡ ਰੱਖਦੇ, ਬਹੁਤ ਵਧੀਆ ਗੁਰਦੁਆਰਾ, ਬਹੁਤ ਏਰੀਆ, ਦੋਨੋਂ ਪਾਸੋਂ ਰਸਤਾ ਹੈਗਾ। ਇਸ ਤੋਂ ਬਾਅਦ ਹਜੇ ਵੀ ਸਾਡੀ ਫਲਾਈਟ 'ਚ ਥੋੜ੍ਹਾ ਟਾਈਮ ਸੀ, ਤਾਂ ਫਿਰ ਸਾਨੂੰ ਲੱਭ ਗਿਆ ਇੱਕ ਐਸਕੇਪ ਰੂਮ ਕੈਲਗਰੀ 'ਚ। ਬਹੁਤ ਮਜ਼ਾ ਆਇਆ ਇੱਥੇ। ਇੱਥੇ ਪਜ਼ਲਸ ਸੋਲਵ ਕਰਕੇ ਤੁਸੀਂ ਕਮਰੇ 'ਚੋਂ ਬਾਹਰ ਨਿਕਲਣਾ ਹੁੰਦਾ ਜਦੋਂ ਤੁਸੀਂ ਸੋਲਵ ਕਰ ਲੈਂਦੇ ਹੋ। ਛੋਟੇ ਛੋਟੇ ਕਲੂ ਮਿਲਦੇ ਨੇ, ਉਹਦੇ ਨਾਲ ਅਲੱਗ ਅਲੱਗ ਦਰਵਾਜ਼ੇ ਡਰੋਰ ਖੁੱਲ੍ਹਦੇ ਨੇ, ਉਹਨਾਂ 'ਚੋਂ ਚਾਬੀਆਂ ਨਿਕਲਦੀਆਂ ਨੇ, ਅਤੇ ਫਾਈਨਲ ਚਾਬੀ ਕੱਢ ਕੇ ਤਲਵਾਰ ਲੱਭਣੀ ਸੀ, ਅਸੀਂ ਇੱਕ ਲੱਭ ਲਈ। ਅਤੇ ਇਸ ਤੋਂ ਬਾਅਦ ਅਸੀਂ ਪਹੁੰਚ ਗਏ ਕੈਲਗਰੀ ਏਅਰਪੋਰਟ, ਵੈਨਕੂਵਰ ਜਾਣ ਲਈ ਵਾਪਸ। ਅਤੇ ਵਾਪਸ ਜਾ ਰਹੇ ਹਾਂ ਹੁਣ ਅਸੀਂ ਇੱਥੇ ਪਲੇਨ 'ਚ। ਥੱਕ ਗਏ ਸੀ 8 ਦਿਨ ਦਾ ਸਫ਼ਰ, ਬਹੁਤ ਲੰਬਾ ਸੀ ਪਰ ਬਹੁਤ ਵਧੀਆ ਰਿਹਾ, ਥੈਂਕ ਗੋਡ।